शुकराना भी करते हाँ, अरदास भी करते हाँ, सब कुछ बड़ी वड्डी कृपा की आमी ने ऐसे दुख बंदियां दे उपर परचा करवाना बड़ा औखा सी, पर सिख संगतां दे हिरदियां दे विच वस करके एकता दे प्रेम दे पाव बच के ये जिहड़ा परचा दर्ज करवा दिता है, कला परचा नहीं दर्ज करवाना, यह दुख जेलां दे सवाखां दे अंदर भी सुटना है। जो महापुरश बाबा गुरदेव सिंह शहीदी बाग वाले ने वचन कीते हन ਇਹਦੇ ਮੂੰਹ 'ਚ ਕੀੜੇ ਪੈਣੇ ਹਨ, ਸਤਿਗੁਰੂ ਜੀ ਉਹ ਬਚਨ ਵੀ ਪੂਰੇ ਹੁਣ ਸਾਧੂ ਦੇ ਕਹੇ ਹੋਏ ਨੇ, ਕਿਉਂਕਿ ਇਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਘਰਵਾ ਖਾ ਕੇ ਲੂਣ ਨਮਕ ਹਰਾਮ ਕੀਤਾ ਹੈ ਅਤੇ ਸਿੱਖਾਂ ਦਾ ਕਾਤਲਾ ਹੈ। ਸਤਿਗੁਰੂ ਜੀ ਕਿਰਪਾ ਕਰਿਓ, ਮਿਹਰ ਕਰਿਓ, ਖਾਲਸੇ ਨੂੰ ਜਿੱਤ ਪ੍ਰਾਪਤ ਕਰਕੇ ਦਿਓ, ਇਹ ਤੁਹਾਡੇ ਹੱਥ ਵਸ ਹੈ। ਅਤੇ ਆਹ ਸਾਰੇ ਜਥੇਬੰਦੀਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਵਾਜੇ ਕੌਮ ਸਿੱਖ ਤਾਲਮੇਲ ਕਮੇਟੀ, ਬਾਬਾ ਗੁਰਦੇਵ ਸਿੰਘ ਜੀ, ਬਾਬਾ ਬੁੱਢਾ ਸਾਹਿਬ, ਬਾਬਾ ਧੰਨਾ ਸਿੰਘ ਜੀ ਤਰਨਾ ਦਲ, ਅਸੀਂ ਉਹਨਾਂ ਦਾ ਭਾਈ ਦਵਿੰਦਰ ਸਿੰਘ ਜੀ ਸਤਿਕਾਰ ਕਮੇਟੀ ਮੁਕੇਰੀਆਂ, ਬਾਬਾ ਭਾਈ ਸੂਬਾ ਸਿੰਘ ਜੀ ਸਤਿਕਾਰ ਕਮੇਟੀ ਝਬਾਲ, ਅਤੇ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਭਾਈ ਰਣਜੀਤ ਸਿੰਘ ਜੀ ਪ੍ਰੇਸ਼ਣ ਵਾਲੇ, ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਤੋਂ ਭਾਈ ਜਥਾ ਸਿਰਲਾ ਖਾਲਸਾ, ਅਸੀਂ ਸਾਰੇ ਜਥੇਬੰਦੀਆਂ ਦਾ, ਨੋਬਲਜੀਤ ਸਿੰਘ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ, ਸਿੱਖ ਕਾਲ ਕਮੇਟੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਹੈ, ਅਤੇ ਜਿਹੜੀ ਜਿਹੜੀ ਸੰਗਤ ਨੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਲੰਗਰ ਇਹ ਗੁਰੂ ਦੇ ਸਿੱਖਾਂ ਵਾਸਤੇ ਇੱਥੇ ਭੇਜਿਆ ਹੈ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਅਤੇ ਅਗਲਾ ਜਿਹੜਾ ਪ੍ਰੋਗਰਾਮ ਹੈ, ਮੈਂ ਸਾਰੀ ਸਿੱਖ ਕੌਮ ਨੂੰ ਬੇਨਤੀ ਕਰਦਾ ਹਾਂ, ਗੁਰਦਾਸ ਮਾਨ ਦਾ ਪ੍ਰੋਗਰਾਮ ਨਾ ਪੰਜਾਬ ਦੇ ਵਿੱਚ ਅਤੇ ਨਾ ਬਾਹਰਲੇ ਦੇਸ਼ਾਂ ਵਿੱਚ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਹੈ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।